आ हुन मैं दसा के बलियां दे बोवे आया किस्मत आ किवें बदल दी है तवज्जो है भाई सारे गोलड़े दा ताजदार चिश्तियां दा इमाम शाजी हजरत पीर मेहर अली शाह साहब रहमतुल्लाह अलैह दे दौर च गुजरात एक बड़ा मारूफ डाकू गुजरिया तो नाम सी गामो डाकू इतना बड़ा डाकू सी कि शाम वेले ऐलान करवा देंदा सी कि आज मैं फलां चौधरी दे घर डाका मारन जाना जेड़ा रोक सकदा रोक ले एक दिन रावलपिंडी दे बाजार च गुजरिया ते ओदी निगाह उठी ते पीर मेहर अली शाह साहब दे चेहरे ते पै गई सैयद होवे आलिम होवे वली होवे ते सोना ते देखो ना सैयदा दे चेहरे 15 सदियां गुजर गईं सैयद अज एडे सोने ने ते मेरे कमली वाले दा फिर क्या हाल है मेरा गामो डाकू नु ख्याल आया बाबा बड़ा सोहना ते होवे ना ते बाबे दा मुरीद ही ना हो जावां जाके ना गोलड़े बाबा जी दे हाथ ते हाथ रख के कहंदा बाबा जी मैनू मुरीद नहीं बना लेंदे पीर मेहर अली शाह साहब देख के फरमांदे ने तेरा नाम किधरे गामो ते ने ਕਹਿੰਦਾ ਜੀ ਬਾਬਾ ਜੀ ਮੇਰਾ ਨਾਂ ਗਾਮੂ ਹੈ ਫਰਮਾ ਗਾਮੂ ਇੱਕ ਗੱਲ ਯਾਦ ਰੱਖੀ ਜਦੋਂ ਪੀਰਾਂ ਦੇ ਮੁਰੀਦ ਹੋ ਜਾਈਏ ਨਾ ਤੇ ਫਿਰ ਪੀਰਾਂ ਦੇ ਆਖੇ ਲੱਗਣਾ ਪੈਂਦਾ ਹੀ ਉਹਨੇ ਹੱਥ ਛੁਡਾ ਲਿਆ ਤੇ ਕਹਿੰਦਾ ਬਾਬਾ ਜੀ ਨਮਾਜ਼ ਆਖੋਗੇ ਪੜਾਂਗਾ ਰੋਜ਼ਾ ਰੱਖਾਂਗਾ ਅੱਜ ਕਰਾਂਗਾ ਜ਼ਕਾਤ ਵੀ ਦੇ ਦੇਵਾਂਗਾ ਆ ਚੋਰੀ ਮੈਂ ਨਹੀਂ ਜੋ ਛੱਡਣੀ ਕਈ ਮੁਰੀਦ ਇੰਜ ਦੇ ਡੱਡ ਵੀ ਟੱਕਰ ਜਾਂਦੇ ਉਹ ਕਹਿਣ ਲੱਗਾ ਚੋਰੀ ਮੈਂ जमात अली शाह उस मुंडे नूं फरमांदे ने पुत्तर ओह तो गुनाह तो बाद क्यों नहीं आउंदा कहन लगा बाबा जी मेरे को छुटदा ही नहीं गुनाह मेरे को छुटदा नहीं ਪੀ ਜਮਾਤ ਅਲੀ ਸ਼ਾਹ ਸਾਹਿਬ ਜਲਾਲ ਚ ਉੱਠ ਕੇ ਖੜੇ ਹੋ ਗਏ ਤੇ ਫਰਮਾਨ ਲੱਗੇ ਲੈ ਫਿਰ ਅੱਜ ਤੋਂ ਬਾਅਦ ਤੂੰ ਮੈਨੂੰ ਗੁਨਾਹ ਕਰਕੇ ਵਖਾਵੀਂ ਜਾਂ ਤੂੰ ਗੁਨਾਹ ਛੱਡੇਂਗਾ ਜਾਂ ਮੈਂ ਫਕੀਰੀ ਛੱਡ ਦੇਵਾਂ ਫਿਰ ਜਦੋਂ ਸਾਡੇ ਬਾਬੇ ਮੋੜਨ ਤੇ ਆਵਣ ਹੈ ਇਹ ਸ਼ਰਕਪੁਰ ਦਾ ਤਾਜਦਾਰ حضرت میاں شیر ربانے میاں شیر محمد شرک پوری رحمتہ اللہ علیہ عصر دی نماز پڑھ کے مصلی تے بیٹھے تے آپ دا مرید پتر لے کے کہن لگا فتح محمد میرا پتر ہے اے حافظ قران ہے پر بابا جی نماز نہیں پڑھدا نو سمجھاؤ آپ فرماتے ہو پتر نماز کیوں نہیں پڑھدا کہندا بابا جی میرا نا نماز وچ دل نہیں لگدا میرا دل نہیں لگدا اے انج کر کے بابا جی نو دل تے انگلی رکھی ਤੇ ਉਂਗਲੀ ਰੱਖ ਕੇ ਫਰਮਾਨ ਨੇ ਚਲ ਜਾ ਦਿਲ ਲੱਗਿਆ ਕਰੇਗਾ ਬਸ ਇੰਨਾ ਕੀ ਉਂਗਲੀ ਰੱਖ ਕੇ ਫਰਮਾਨ ਨੇ ਚਲ ਜਾ ਦਿਲ ਲੱਗਿਆ ਕਰੇਗਾ ਫਿਰ ਇੰਜ ਦਿਲ ਲੱਗਾ ਇੰਜ ਦਿਲ ਲੱਗਿਆ ਉਹ ਅਸਰ ਦੀ ਨੀਅਤ ਕਰਕੇ ਖਲੋਂਦਾ ਮਗਰਬ ਹੋ ਜਾਂਦੀ ਹੈ ਤੇ ਇਸ਼ਾ ਦੀ ਨੀਅਤ ਕਰਕੇ ਖਲੋਂਦਾ ਫਜਰ ਹੋ ਜਾਂਦੀ ਹੈ ਉਹ ਜਦੋਂ ਸਾਡੇ ਬਾਬੇ ਠੀਕ ਕਰਨ ਤੇ ਆਉਂ ਉਹ ਕਹਿੰਦਾ ਬਾਬਾ ਜੀ ਚੋਰੀ ਮੈਂ ਕਿਉਂਕਿ ਆਦਤਾਂ ਪਈਆਂ ਜਾਂਦੀਆਂ ਭਾਵੇਂ ਹੁਣ ਚੰਗੀਆਂ ਤੇ ਭਾਵੇਂ ਹੁਣ ਬਜ਼ੁਰਗ ਪਰਮਾਤਮਾ ਨੇ ਕਿ ਦਰਖਤ ਦੀ ਸ਼ਾਖ ਹੋਵੇ ਨਾ ਜਦੋਂ ਨਵੀਂ ਨਵੀਂ ਕੋਂਪਲ ਉਗਦੀ ਹੋਵੇ ਤੇ ਨਰਮ ਜੀ ਸ਼ਾਖ ਹੋਵੇ ਉਹਨੂੰ ਜਿੱਧਰ ਮੋੜੋ ਉਧਰ ਹੀ ਮੁੜ ਜਾਂਦੇ ਜਦੋਂ ਉਹ ਵੱਡਾ ਡਿਆ ਟਹਿਣ ਬਣ ਜਾਏ ਫਿਰ ਕਟਿਆ ਤੇ ਜਾ ਸਕਦਾ ਟੁੱਟ ਜਾਂਦਾ ਪਰ ਮੁੜਦਾ ਨਹੀਂ ਇੰਜ ਇਨਸਾਨ ਦੀ ਆਦਤ ਹੁੰਦੀ ਹੈ ਸ਼ੁਰੂ ਚ ਹੀ ਬਦਲ ਲਓ जे मोटा टैन बन गया पुख्ता होगी तो फिर कटनी पैनी है फिर टूट जानी है पर बदलनी नहीं लिहाजा जदू भी आदत पवे ते ओनू नेकी वल बदल दियो ओदा रुख मदीने वल मोड़ दियो सारी जिंदगी फरोश तेरी आदत मदीने वाली रहे तेरा रुख मदीने वल इंडिया दे शहर रामपुर ओथे कल्ला दे वली गुजरे ने ओना दना सी हजरत सैयद अब्दुल्ला कादरी रहमतुल्लाह अलैह आप मस्जिद बनवा रहे ते मस्जिद बनान वाले मजदूर जद शाम नु मजदूरी ले मनाने न ते बाबा जी ने मुसल्ले दे नीचे पैसे दे जाने ओ एक मजदूर ने बड़ा ख्याल रखे उन्हें आख्या बाबे ने मुसल्ले थले को खजाना ही दफन किया
ਇਸ਼ਾ ਦੀ ਨਮਾਜ਼ ਪੜ੍ਹ ਕੇ ਜਦੋਂ ਸਾਰੇ ਟੁਰ ਗਏ ਤੇ ਉਹ ਮਜ਼ਦੂਰ ਆ ਗਿਆ, ਉਹਨੇ ਮਸੱਲਾ ਚੁੱਕਿਆ ਤੇ ਜ਼ਮੀਨ ਖੋਦਣ ਲੱਗ ਪਿਆ। ਸਾਰੀ ਰਾਤ ਖੋਦਦਾ ਰਿਹਾ, ਪਾਣੀ ਨਿਕਲ ਆਇਆ ਪਰ ਖਜ਼ਾਨਾ ਨਾ ਨਿਕਲਿਆ। ਅਦਰ ਫਜਰੀ ਵੇਲੇ ਦੀ ਅਜ਼ਾਨ ਹੋਈ ਤੇ ਉਹਨੇ ਜ਼ਮੀਨ ਬਰਾਬਰ ਕੀਤੀ, ਮਸੱਲਾ ਵਿਛਾਇਆ ਤੇ ਤੋੜ ਗਿਆ। ਅਗਲੇ ਦਿਨ ਮਜ਼ਦੂਰ ਮਸਜਿਦ ਬਣਾ ਕੇ ਜਦੋਂ ਮਜ਼ਦੂਰੀ ਲੈਣ ਆਏ ਤੇ ਬਾਬਾ ਜੀ ਫਿਰ ਮਸੱਲੇ ਥੱਲੇ ਪੈਸੇ ਦੇ ਜਾਵੇ। ਉਹ ਮਜ਼ਦੂਰ ਆਇਆ ਤੇ ਆਪਨੇ ਉਹਨੂੰ ਡਬਲ ਦਿਹਾੜੀ ਦਿੱਤੀ। ਉਹਨੇ ਆਖਿਆ ਬਾਬਾ ਜੀ ਦਿਹਾੜੀ ਮੈਂ ਸਿੰਗਲ ਲਗਾਈ ਏ, ਪੈਸੇ ਡਬਲ ਦਿੰਦੇ। ਫਰਮਾ ਤੂੰ ਰਾਤ ਵੀ ਤੇ ਲਾਉਂਦਾ ਰਿਹਾ ਨਾ, ਤੋ ਆਦਤਾਂ ਪਈਆਂ ਜਾਂਦੀਆਂ ਨਹੀਂ, ਭਾਵੇਂ ਹੁਣ ਚੰਗੀਆਂ ਤੇ ਭਾਵੇਂ ਹੁਣ ਮੰਦੀਆਂ, ਪਰ ਸਾਡੇ ਬਾਬੇ ਜਦੋਂ ਬਦਲ ਦੇ ਆਵਾਂ। ਕਹਿਣ ਲੱਗਾ ਬਾਬਾ ਜੀ ਚੋਰੀ ਮੈਂ ਨਹੀਂ ਛੱਡਣੀ। ਪੀਰ ਮੇਹਰ ਅਲੀ ਸ਼ਾਹ ਸਾਹਿਬ ਫਰਮਾਉਣ ਲੱਗੇ ਤੇਰੀ ਸ਼ਰਤ ਹੈ। ਕਹਿਣ ਲੱਗਾ ਮੇਰੀ ਸ਼ਰਤ ਹੈ। ਤੇ ਪੀਰ ਮੇਹਰ ਅਲੀ ਸ਼ਾਹ ਸਾਹਿਬ ਫਰਮਾਉਣ ਲੱਗੇ ਲੈ ਫਿਰ ਗਾਮੋ ਇੱਕ ਸ਼ਰਤ ਮੇਰੀ ਵੀ ਆ। ਹਜ਼ੂਰ ਕਿਹੜੀ? ਹਜ਼ੂਰ ਕਿਹੜੀ? ਫਰਮਾ ਜਾ ਗਾਮੋ ਜਮ ਜਮ ਚੋਰੀਆਂ ਕਰ, ਤੈਨੂੰ ਇਜਾਜ਼ਤ ਹੈ। ਪਰ ਇੱਕ ਗੱਲ ਦਾ ਧਿਆਨ ਰੱਖੀ, ਜਦੋਂ ਚੋਰੀ ਕਰਦਾ ਹੋਵੇ ਤੈਨੂੰ ਕਿਧਰੇ ਗੋਲੜੇ ਵਾਲਾ ਪੀਰ ਨਾ ਵੇਖਦਾ ਹੋਵੇ। ਫਰਮਾ ਪੁੱਤਰ ਮੈਨੂੰ ਸ਼ਰਮਿੰਦਾ ਨਾ ਕਰੀ, ਮੇਰਾ ਮੁਰੀਦ ਹੈ ਤੇ ਮੇਰੇ ਸਾਹਮਣੇ ਚੋਰੀ ਨਾ ਕਰੀ, ਤੇ ਪੁੱਤਰ ਤੇ ਵੇਖੀ ਤੈਨੂੰ ਕਿਧਰੇ ਗੋਲੜੇ ਵਾਲਾ ਪੀਰ ਨਾ ਵੇਖਦਾ ਹੋਵੇ। ਉਹਨੂੰ ਖਿਆਲ ਆਇਆ ਕਿ ਬਾਬਾ ਜੀ ਫਰਮਾ ਰਹੇ ਨੇ ਗੋਲੜੇ 'ਚ ਚੋਰੀਆਂ ਨਹੀਂ ਕਰ ਰਹੀਆਂ। ਉਹਨੇ ਆਖਿਆ ਬਾਬਾ ਜੀ ਮੈਨੂੰ ਮਨਜ਼ੂਰ ਹੈ, ਹੱਥ ਹੱਥ ਰੱਖਿਆ। ਬਾਬਾ ਜੀ ਨੇ ਕਲਮਾ ਪੜਾ ਕੇ ਤੌਬਾ ਕਰਾਈ, ਬੈਤ ਕਰਕੇ ਫਰਮਾ ਜਾ ਪੁੱਤਰ। ਗਾਮੋ ਟੁਰਿਆ ਦਰਵਾਜ਼ੇ ਕੋਲ ਗਿਆ ਤੇ ਪੀਰ ਮੇਹਰ ਅਲੀ ਸ਼ਾਹ ਸਾਹਿਬ ਆਵਾਜ਼ ਦੇ ਕੇ ਫਰਮਾਉਂਦੇ ਨੇ ਗਾਮੋ। ਮੁੜ ਕੇ ਕਹਿੰਦਾ ਜੀ ਬਾਬਾ ਜੀ, ਫਰਮਾ ਸ਼ਰਤ ਯਾਦ ਰੱਖੀ। ਕਹਿੰਦਾ ਬਾਬਾ ਜੀ ਬੜੀ ਯਾਦ ਹੈ। ਨੌਜਵਾਨ ਟੁਰਿਆ ਟੁਰਿਆ ਜਦੋਂ ਗੁਜਰਾਤ ਪਹੁੰਚਿਆ ਨਾ ਤੇ ਅੱਧੀ ਰਾਤ ਦਾ ਵੇਲਾ ਹੋ ਗਿਆ ਤੇ ਆਪ ਤਾਂ ਪਈਆਂ ਲਾਲ ਜੀ ਜਾਂਦੀਆਂ ਨੇ। ਉਹਨੇ ਵੇਖਿਆ ਕਿ ਮਕਾਨ 'ਚ ਵੜ ਗਿਆ ਤੇ ਚੋਰੀ ਪਿਆ ਕਰੇ। ਗਾਮੂ ਇੱਕ ਮਕਾਨ 'ਚ ਵੜ ਕੇ ਚੋਰੀ ਪਿਆ ਕਰੇ, ਜਿਹੜਾ ਵੇਲੇ ਸਮਾਨ ਚੁੱਕਣ ਲੱਗਿਆ ਕਹਿੰਦਾ ਮੈਂ ਵੇਖ ਕੇ ਹੈਰਾਨ ਰਹਿ ਗਿਆ। ਉਸ ਘਰ ਦੇ ਕਮਰੇ 'ਚ ਪੀਰ ਮੇਹਰ ਅਲੀ ਸ਼ਾਹ ਨਫਲ ਪੈ ਪੜਦੇ। ਨਹੀਂ ਵੇਖਿਆ, ਥੋੜੀ ਦੂਰ ਗਿਆ ਦੂਸਰੇ ਗਾੜੀ ਚ ਵੜਿਆ, ਚੋਰੀ ਕਰਕੇ ਸਮਾਨ ਚੁੱਕੇ ਬਾਹਰ ਨਿਕਲਣ ਲੱਗਾ। ਪੀਰ ਮੇਰ ਅਲੀ ਸ਼ਾਹ ਨੇ ਉਹਦਾ ਦਾਮਨ ਪਕੜ ਲਿਆ, ਹੱਥ ਫੜ ਕੇ ਫਰਮਾਨ ਲੱਗੇ ਗਾਮੂ ਹਯਾ ਕਰ, ਉੱਥੇ ਨਹੀਂ ਸਾ ਵੇਖਦਾ ਇੱਥੇ ਤੇ ਪਿਆ ਵੇਖਣਾ। ਬਈ ਵਲੀ ਵਾਰਸ ਹੈ ਨਾ, ਉਹ ਬੋਲੇ ਜਿਹਦਾ ਵਾਰਸ ਕੋਦਾ ਮੁਰਸ਼ਦ ਹੈ। ਉੱਚਾ ਬੋਲੇ ਸੁਭਾਨ ਅੱਲਾਹ। ਮੇਰਾ ਦਿਲ ਕਰਦਾ ਮੈਂ ਫੇਰ ਮੀਆਂ ਮੁਹੰਮਦ ਬਖਸ਼ ਦੇ ਦਰ ਆਰਬੇ ਕੜੀ ਰਹਿਮਤੁਲਲਾਹ ਅਲੈਹ ਫਰਮਾਉਂਦੇ ਨੇ ਮਾਲੀ ਬਾਗਦੀ ਮਾਲੀ ਬਾਗਦੀ ਰਾਖੀ ਕਰਦਾ ਫਲ ਕੱਚੇ ਹੋਣ ਯਾ ਪੱਕੇ ਪੀਰ ਮੁਰੀਦਾਂ ਦੇ ਸਿਰ ਤੇ ਰਹਿੰਦੇ, ਪੀਰ ਮੁਰੀਦਾਂ ਦੇ ਸਿਰ ਤੇ ਰਹਿੰਦੇ ਭਾਈ, ਪੀਰ ਮੁਰੀਦਾਂ ਦੇ ਸਿਰ ਤੇ ਰਹਿੰਦੇ ਉੱਠ ਤੂੰ ਆਓ ਇਸ ਗੱਲ ਨੂੰ ਮੈਂ ਹੋਰ ਸੌਖਾ ਕਰਕੇ ਸਮਝਾ ਦੇਵਾਂ। ਚੌਰੀ ਸਲਾਹਉਦੀਨ ਸਾਹਿਬ ਲਾਲਾ ਜੀ ਪਿਆਸੇ।